ਹੁਸ਼ਿਆਰਪੁਰ ਦੇ ਵਿੱਚ ਅੱਜ 29 ਜੁਲਾਈ 2020 ਤੱਕ ਕੁੱਲ ਕੋਵਿਡ ਦੇ 27,710 ਸੈਂਪਲ ਲਏ ਗਏ ਨੇ, ਜਿਨ੍ਹਾਂ ਦੇ ਵਿੱਚੋਂ 25,542 ਸੈਂਪਲ ਹੈ ਜਿਹੜੇ ਉਹ ਨੈਗੇਟਿਵ ਆਏ ਨੇ। ਕੁੱਲ ਪੋਜ਼ਿਟਿਵ ਕੇਸਿਸ ਦੀ ਗਿਣਤੀ ਅੱਜ ਦੀ ਡੇਟ ਤੱਕ 528 ਹੈ। ਇਹਨਾਂ ਵਿੱਚੋਂ 375 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਨੇ। ਇਸ ਤੋਂ ਇਲਾਵਾ ਅੱਜ 29 ਜੁਲਾਈ ਤੱਕ 149 ਕੇਸਿਸ ਐਕਟਿਵ ਕੇਸਿਸ ਪੋਜ਼ਿਟਿਵ ਹੈਗੇ ਆ ਹੁਸ਼ਿਆਰਪੁਰ ਦੇ ਵਿੱਚ, ਜਿਨ੍ਹਾਂ ਨੂੰ ਆਈਸੋਲੇਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ। ਅੱਜ 2 ਹੋਰ ਪੋਜ਼ਿਟਿਵ ਮਰੀਜ਼ ਆਏ ਨੇ। ਜ਼ਿਲ੍ਹਾ ਵਾਸੀਆਂ ਦੀ ਸਹਿਯੋਗ ਦੇ ਨਾਲ ਅਤੇ ਹੈਲਥ ਟੀਮਸ ਦੀ ਮਿਹਨਤ ਦੇ ਨਾਲ ਅਸੀਂ ਕਾਫੀ ਹੱਦ ਤੱਕ ਹੁਸ਼ਿਆਰਪੁਰ ਦੇ ਵਿੱਚ ਕੋਵਿਡ ਦੇ ਪ੍ਰਕੋਪ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਵਿੱਚ ਕਾਮਯਾਬ ਹੋਏ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਉਮੀਦ ਕਰਦੀ ਹਾਂ ਕਿ ਸਾਰੇ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਮਹਾਂਮਾਰੀ ਨੂੰ ਕਾਬੂ ਦੇ ਵਿੱਚ ਰੱਖਾਂਗੇ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੂੰਗੀ ਕਿ 3 ਤਰੀਕ ਨੂੰ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਐਲਾਨ ਕੀਤਾ ਹੈ ਕਿ ਰੱਖੜੀ ਤੋਂ ਇੱਕ ਦਿਨ ਪਹਿਲਾਂ 2 ਤਰੀਕ ਨੂੰ ਐਤਵਾਰ ਨੂੰ, ਜੋ ਕਿ ਆਮ ਤੌਰ 'ਤੇ ਸ਼ੋਪਸ ਬੰਦ ਰਹਿੰਦੀਆਂ, ਅਸੈਂਸ਼ਲ ਕਮੋਡਿਟੀਜ਼ ਦੀਆਂ ਸ਼ੋਪਸ ਨੂੰ ਛੱਡ ਕੇ ਬਾਕੀ ਸ਼ੋਪਸ ਦੇ ਅਦਾਰੇ ਬੰਦ ਰਹਿੰਦੇ ਨੇ, ਇਸ ਦੇ ਵਿੱਚ ਥੋੜ੍ਹੀ ਢਿੱਲ ਦਿੰਦੇ ਹੋਏ 2 ਤਰੀਕ ਐਤਵਾਰ ਨੂੰ ਜਿਹੜੀਆਂ ਮਿਠਾਈ ਦੀਆਂ ਦੁਕਾਨਾਂ ਨੇ, ਹਲਵਾਈਸ਼ ਦੀਆਂ ਦੁਕਾਨਾਂ ਜਾਂ ਬੇਕਰੀ ਸ਼ੋਪਸ ਨੇ, ਇਹਨਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੁਸ਼ਿਆਰਪੁਰ ਦੇ ਵਿੱਚ 7 ਤੋਂ 7 ਇਹਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਗਈ ਹੈ। ਮੈਂ ਇਹ ਵੀ ਅਪੀਲ ਕਰਦੀ ਹਾਂ ਸਾਰੇ ਦੁਕਾਨਦਾਰਾਂ ਨੂੰ ਕਿ ਉਹ ਜਿੱਥੇ ਇਹਨਾਂ ਦਿਨਾਂ ਦੇ ਵਿੱਚ ਰੱਖੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇੱਕ ਅੱਛਾ ਮੈਸੇਜ ਪਹੁੰਚਾਉਂਦੇ ਹੋਏ ਮਿਠਾਈ ਦੇ ਨਾਲ ਨਾਲ ਫ੍ਰੀ ਆਫ ਕੋਸਟ ਲੋਕਾਂ ਨੂੰ, ਪਬਲਿਕ ਨੂੰ, ਕਸਟਮਰਸ ਨੂੰ ਮਾਸਕ ਵੀ ਜ਼ਰੂਰ ਵੰਡਣ, ਅਤੇ ਉਹ ਸਾਰੀਆਂ ਭੈਣਾਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਉਹ ਆਪਣੇ ਭਰਾਵਾਂ ਨੂੰ ਅਤੇ ਭਰਾ ਆਪਣੀਆਂ ਭੈਣਾਂ ਨੂੰ ਇਸ ਤਿਉਹਾਰ 'ਤੇ ਮਾਸਕ ਦੇ ਕੇ ਇੱਕ ਵਧੀਆ ਮੈਸੇਜ ਦੇਣ, ਤਾਂ ਕਿ ਅਸੀਂ ਸਾਰੇ ਆਪਣੇ ਆਪ ਨੂੰ ਕੋਵਿਡ ਤੋਂ ਬਚਾਉਣ ਲਈ ਇੱਕ ਐਫਰਟ ਕਰ ਸਕੀਏ। ਮੈਂ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਦੀ ਹਾਂ ਕਿ 2 ਤਰੀਕ ਨੂੰ, ਕਿਉਂਕਿ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਆਮ ਤੌਰ 'ਤੇ ਲੋਕ ਬਾਜ਼ਾਰਾਂ ਦੇ ਵਿੱਚ ਜ਼ਿਆਦਾ ਆਉਂਦੇ ਨੇ, ਲੇਕਿਨ ਸੋਸ਼ਲ ਡਿਸਟੈਂਸਿੰਗ, ਫਿਜ਼ੀਕਲ ਡਿਸਟੈਂਸਿੰਗ ਦਾ ਦੁਕਾਨਾਂ 'ਤੇ ਜ਼ਰੂਰ ਧਿਆਨ ਰੱਖਣ, ਦੁਕਾਨਾਂ ਦੇ ਵਿੱਚ ਭੀੜ ਨਾ ਸ਼ਾਮਿਲ ਹੋਣ ਦੇਣ, ਅਤੇ ਇਹ ਜ਼ਰੂਰ ਧਿਆਨ ਰੱਖਣ ਕਿ ਜਿੰਨੇ ਵੀ ਗਾਹਕ ਉੱਥੇ ਨੇ ਜਾਂ ਦੁਕਾਨ 'ਤੇ ਕੰਮ ਕਰਨ ਵਾਲੇ ਸਾਰੇ ਵਿਅਕਤੀ, ਉਹ ਮਾਸਕ ਪਾ ਕੇ ਰੱਖਣ। ਮੈਂ ਇਹ ਵੀ ਸਾਰੀ ਪਬਲਿਕ ਨੂੰ ਅਪੀਲ ਕਰੂੰਗੀ ਕਿ ਜਿਹੜੀ ਹੈਲਥ ਟੀਮਸ ਨੇ ਜੋ ਹਾਊਸ ਟੂ ਹਾਊਸ ਸਰਵੇ ਕਰਦੀਆਂ ਨੇ ਜਾਂ ਸੈਂਪਲਿੰਗ ਕਰਨ ਦੇ ਲਈ ਡਾਕਟਰਸ ਜਾਂ ਉਹਨਾਂ ਦੀ ਟੀਮਸ ਘਰਾਂ ਦੇ ਵਿੱਚ ਜਾਂਦੇ ਨੇ, ਪਲੀਜ਼ ਉਹਨਾਂ ਦਾ ਸਹਿਯੋਗ ਕਰੋ। ਉਹ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਇਹ ਕੰਮ ਕਰ ਰਹੇ ਆ, ਸੋ ਉਹਨਾਂ ਦੇ ਨਾਲ ਕੋਆਪਰੇਟ ਕਰੀਏ ਅਸੀਂ, ਅਤੇ ਜਿਵੇਂ ਵੀ ਉਹ ਜੋ ਹਦਾਇਤਾਂ ਦਿੰਦੇ ਆ ਅਸੀਂ ਉਹਨਾਂ ਦੀ ਪਾਲਣਾ ਕਰੀਏ। ਅੱਜ ਦੇ ਇਸ ਫੇਸਬੁੱਕ ਲਾਈਵ ਸੈਸ਼ਨ ਦੇ ਲਈ ਸਾਡੇ ਕੋਲ ਤਕਰੀਬਨ 90 ਕੁਐਸਚਨਸ ਆਏ ਨੇ। ਹਰ ਇੱਕ ਕੁਐਸਚਨ ਦਾ ਇੱਥੇ ਅਸੀਂ ਜਵਾਬ ਨਹੀਂ ਦੇ ਸਕਦੇ, ਅਸੀਂ 1-on-1 ਜ਼ਰੂਰ ਦੇਵਾਂਗੇ। ਕੁਛ ਜਿਹੜੇ ਕਾਮਨ ਕੁਐਸਚਨਸ ਲੋਕਾਂ ਵੱਲੋਂ ਉਠਾਏ ਗਏ ਨੇ, ਉਹ ਇਹ ਨੇ ਕਿ ਸੇਵਾ ਕੇਂਦਰ ਦੇ ਵਿੱਚ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ, ਇਸ ਲਈ ਕਿ ਇਸ ਤਰ੍ਹਾਂ ਦੀ ਕੋਈ ਕਾਰਜ ਪ੍ਰਣਾਲੀ ਸਟਾਰਟ ਕੀਤੀ ਜਾਵੇ ਜਿਸ ਨਾਲ ਸਾਰੀ ਐਪਲੀਕੇਸ਼ਨਸ ਔਨਲਾਈਨ ਘਰੋਂ ਹੀ ਅਪਲਾਈ ਕੀਤੀਆਂ ਜਾ ਸਕਣ। ਸੋ ਇਹ ਮੈਂ ਦੱਸਣਾ ਚਾਹੂੰਗੀ ਕਿ ਬਹੁਤ ਹੀ ਜਲਦੀ ਸਰਕਾਰ ਵੱਲੋਂ ਇੱਕ ਔਨਲਾਈਨ ਗਰੀਵੈਂਸ ਪੋਰਟਲ ਸਟਾਰਟ ਕੀਤਾ ਜਾ ਰਿਹਾ ਹੈ, ਜਿਹਦੇ ਨਾਲ ਅਸੀਂ ਆਪਣੀਆਂ ਜੋ ਕੁਛ ਦਰਖਾਸਤਾਂ ਹੈ ਉਹ ਘਰੋਂ ਬੈਠ ਕੇ ਦੇ ਸਕਦੇ ਹਾਂ। ਅਤੇ ਸੇਵਾ ਕੇਂਦਰ ਦੇ ਵਿੱਚ ਕੁਛ ਐਸੀਆਂ ਐਪਲੀਕੇਸ਼ਨਸ ਹੁੰਦੀਆਂ ਹੈ ਜਿਹਦੇ ਲਈ ਪਰਸਨਲੀ ਐਪਲੀਕੈਂਟ ਨੂੰ ਆਉਣਾ ਜ਼ਰੂਰੀ ਹੁੰਦਾ ਹੈ, ਇਸ ਲਈ ਸਾਰੀਆਂ ਐਪਲੀਕੇਸ਼ਨਸ ਜੋ ਹੈ ਉਹ ਘਰੋਂ ਨਹੀਂ ਅਪਲਾਈ ਕੀਤੀਆਂ ਜਾ ਸਕਦੀਆਂ। ਫਿਰ ਵੀ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਅਸੀਂ ਟੈਂਟ ਲਗਾ ਕੇ ਬਾਹਰ ਕੁਰਸੀਆਂ ਲਗਾ ਕੇ ਇਹ ਐਫਰਟ ਕੀਤਾ ਹੈ, ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਜ਼ਿਆਦਾ ਭੀੜ ਦੇ ਵਿੱਚ ਨਾ ਖੜ੍ਹਾ ਹੋਣਾ ਪਵੇ, ਜ਼ਿਆਦਾ ਟਾਈਮ ਵੇਟ ਨਾ ਕਰਨਾ ਪਵੇ, ਅਤੇ ਉਹ ਕੁਰਸੀਆਂ ਦੇ ਵਿੱਚ ਫਿਜ਼ੀਕਲ ਡਿਸਟੈਂਸਿੰਗ ਮੇਨਟੇਨ ਕਰਕੇ ਬੈਠ ਸਕਦੇ ਨੇ। ਮਿਸਟਰ ਹਿਮਾਂਸ਼ੂ ਗੋਇਲ ਨੇ ਇਹ ਕੁਐਸਚਨ ਪੁੱਛਿਆ ਹੈ ਕਿ ਜ਼ਿਲ੍ਹੇ ਦੇ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਲਈ ਹਸਪਤਾਲਾਂ ਵਿੱਚ ਕਿੰਨੇ ਵੈਂਟੀਲੇਟਰ ਅਤੇ ਬੈੱਡ ਰਾਖਵੇਂ ਰੱਖੇ ਗਏ ਨੇ। ਸੋ ਮੈਂ ਦੱਸਣਾ ਚਾਹੂੰਗੀ ਕਿ ਜਿਹੜੇ ਵੀ ਐਸੇ ਪੇਸ਼ੈਂਟ ਕੋਵਿਡ ਦੇ ਆਉਂਦੇ ਨੇ ਜਿਨ੍ਹਾਂ ਨੂੰ ਵੈਂਟੀਲੇਟਰ ਸਪੋਰਟ ਚਾਹੀਦੀ ਹੈ, ਉਹਨਾਂ ਨੂੰ ਅਸੀਂ ਆਮ ਤੌਰ 'ਤੇ ਅੰਮ੍ਰਿਤਸਰ, ਜਲੰਧਰ ਜਾਂ ਚੰਡੀਗੜ੍ਹ ਰੈਫਰ ਕਰਦੇ ਹਾਂ ਜਿੱਥੇ ਟਰਸ਼ਰੀ ਕੇਅਰ ਅਵੇਲੇਬਲ ਹੈ।
ਪਿਛਲੇ ਕੁਝ ਦਿਨਾਂ ਦੇ ਵਿੱਚ ਪ੍ਰਾਈਵੇਟ ਹਸਪੀਟਲ ਹੁਸ਼ਿਆਰਪੁਰ ਦੇ ਅੱਗੇ ਆਏ ਹੈ ਕੋਵਿਡ ਦੇ ਵਿੱਚ ਹੈਲਪ ਕਰਨ ਲਈ ਅਤੇ ਇਸ ਜ਼ਿਲ੍ਹੇ ਦੇ ਵਿੱਚ IVY ਮਾਡਰਨ ਨਾਰਦ ਅਤੇ ਸ਼ਿਵਮ ਹਸਪੀਟਲ ਵੱਲੋਂ ਹੈਲਪ ਆਫਰ ਕੀਤੀ ਗਈ ਹੈ ਇਹਦੇ ਵਿੱਚ ਅਤੇ ਉਹਨਾਂ ਵੱਲੋਂ ਕੁੱਲ ਮਿਲਾ ਕੇ 10 ਵੈਂਟੀਲੇਟਰ ICU ਬੈਡਸ ਜੋ ਹੈ ਉਹ ਕੋਵਿਡ ਲਈ ਡੈਡੀਕੇਟ ਕੀਤੇ ਗਏ ਨੇ। ਐਡਵੋਕੇਟ ਤਰੁਣ ਦਿਵੇਦੀ ਵੱਲੋਂ ਇਹ ਕੁਐਸਚਨ ਉਠਾਇਆ ਗਿਆ ਹੈ ਕਿ ਕੀ ਕੋਵਿਡ ਦੇ ਮਰੀਜ਼ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰ ਸਕਦੇ ਹਨ। ਸੋ ਮੈਂ ਦੱਸਣਾ ਚਾਹੂੰਗੀ ਕਿ ਜਿਹੜੇ ਵੀ ਸਾਡੇ COVID-19 ਦੇ ਪੇਸ਼ੈਂਟਸ ਹੈਗੇ ਆ ਆਈਸੋਲੇਸ਼ਨ ਸੈਂਟਰਸ ਦੇ ਵਿੱਚ ਉਹਨਾਂ ਸਾਰਿਆਂ ਦੇ ਕੋਲ ਮੋਬਾਈਲ ਉਹਨਾਂ ਦੇ ਆਪਣੇ ਹੈ, ਅਸੀਂ ਮੋਬਾਈਲ ਅਲਾਓ ਕਰਦੇ ਹਾਂ ਉਹਨਾਂ ਨੂੰ ਅਤੇ ਉਹ ਮੋਬਾਈਲ ਇੰਟਰਨੈਟ ਦੇ ਥਰੂ ਜੋ ਹੈ ਵਟਸਐਪ ਕਾਲ ਕਰਕੇ ਜਾਂ ਵੀਡੀਓ ਕਾਲ ਕਰਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਪਰਕ ਵਿੱਚ ਰਹਿ ਸਕਦੇ ਨੇ। ਮਿਸਟਰ ਅਕਸ਼ੇ ਪ੍ਰਾਸ਼ਰ ਵੱਲੋਂ ਪੁੱਛਿਆ ਗਿਆ ਹੈ ਕਿ ਜੋ ਵਾਲੰਟੀਅਰ ਘਰ ਘਰ ਜਾ ਕੇ ਸਰਵੇ ਕਰ ਰਹੇ ਹੈ ਕਿ ਉਹਨਾਂ ਦਾ COVID-19 ਟੈਸਟ ਹੋਇਆ ਹੈ। ਬਿਲਕੁਲ, ਇਹਨਾਂ ਸਾਰਿਆਂ ਦਾ ਟਾਈਮ ਟੂ ਟਾਈਮ ਕੋਵਿਡ ਟੈਸਟ ਕੀਤਾ ਜਾਂਦਾ ਹੈ, ਇਹਨਾਂ ਨੂੰ ਸਕਰੀਨ ਕੀਤਾ ਜਾਂਦਾ ਹੈ ਅਤੇ ਜੇਕਰ ਕਿਸੇ ਦੇ ਵਿੱਚ ਵੀ ਕੋਈ ਸਿਮਟਮ ਜਾਂ ਇਸ ਤਰ੍ਹਾਂ ਦੇ ਕੋਵਿਡ ਦੇ ਲੱਛਣ ਪਾਏ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਡਿਊਟੀ ਤੋਂ ਬ੍ਰੇਕ ਦੇ ਦਿੰਦੇ ਹਾਂ। ਇੱਕ ਸਵਾਲ ਇਹ ਬਾਰ ਬਾਰ ਪੁੱਛਿਆ ਜਾਂਦਾ ਹੈ, ਕਈ ਲੋਕਾਂ ਵੱਲੋਂ ਪੁੱਛਿਆ ਗਿਆ ਹੈ ਕਿ ਲੋਕਡਾਊਨ ਦੇ ਦੌਰਾਨ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ, ਜੋ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਕਰਦੇ ਸਨ ਉਹਨਾਂ ਦੀ ਨੌਕਰੀ ਚਲੀ ਗਈ ਹੈ, ਉਸ ਬਾਰੇ ਪ੍ਰਸ਼ਾਸਨ ਅਤੇ ਸਰਕਾਰ ਕੀ ਕਰ ਰਹੀ ਹੈ। ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਭ ਤੋਂ ਵੱਡੀ ਜਿਹੜੀ ਚੁਣੌਤੀ ਕੋਵਿਡ ਕਰਕੇ ਆਈ ਹੈ ਉਹ ਇਹ ਹੈ ਕਿ ਅਨਇੰਪਲੋਇਮੈਂਟ ਬਹੁਤ ਵੱਧ ਗਈ, ਕਾਫੀ ਲੋਕਾਂ ਦੀ ਨੌਕਰੀ ਚਲੀ ਗਈ, ਲੇਕਿਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਸਮਝਦੇ ਹੋਏ ਅਸੀਂ ਸਪੈਸ਼ਲ ਐਫਰਟ ਕੀਤੇ ਨੇ ਲੋਕਡਾਊਨ ਦੇ ਦੌਰਾਨ ਪਿਛਲੇ 3 ਮਹੀਨੇ ਦੇ ਵਿੱਚ, ਜਿਨ੍ਹਾਂ ਦੇ ਕਰਕੇ ਅਸੀਂ ਤਕਰੀਬਨ 750 ਜਿਹੜੇ ਯੂਥ ਨੇ, ਅਨਇੰਪਲੋਇਡ ਯੂਥ ਹੈ, ਉਹਨਾਂ ਨੂੰ ਅਸੀਂ ਵੱਖ ਵੱਖ ਸੈਕਟਰਸ ਦੇ ਵਿੱਚ ਨੌਕਰੀਆਂ ਦਿੱਤੀਆਂ ਹੈ। ਇਹਦੇ ਵਿੱਚ ਗਵਰਨਮੈਂਟ ਸੈਕਟਰ ਦੇ ਵਿੱਚ ਤਕਰੀਬਨ 250 ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਨੌਕਰੀਆਂ ਦਿੱਤੀਆਂ ਗਈਆਂ ਹਨ। ਅਤੇ ਸੈਪਟੈਂਬਰ ਦੇ ਮੰਥ ਦੇ ਵਿੱਚ 24 ਸੈਪਟੈਂਬਰ ਤੋਂ 30 ਸੈਪਟੈਂਬਰ ਤੱਕ ਸਰਕਾਰ ਵੱਲੋਂ ਮੈਗਾ ਰੋਜ਼ਗਾਰ ਮੇਲਾ ਅਨਾਊਂਸ ਕੀਤਾ ਗਿਆ ਹੈ, ਜਿਹਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ 2000 ਜੋ ਹੈ ਪਲੇਸਮੈਂਟਸ ਕੀਤੀਆਂ ਜਾਣਗੀਆਂ, 2000 ਅਨਇੰਪਲੋਇਡ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਸੋ ਇਹ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਜਿਹੜਾ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਐਂਟਰਪ੍ਰਾਈਜ਼ DBE ਹੈ, ਜਿਹਨੂੰ ਅਸੀਂ ਜ਼ਿਲ੍ਹਾ ਰੋਜ਼ਗਾਰ ਬਿਊਰੋ ਕਹਿੰਦੇ ਹਾਂ, ਉੱਥੇ ਤੁਸੀਂ ਜਿਸ ਨੂੰ ਵੀ ਨੌਕਰੀ ਦੀ ਲੋੜ ਹੈ, ਜੋ ਵੀ ਚਾਹਵਾਨ ਹੈ ਨੌਕਰੀ ਲਈ, ਉਹ ਉੱਥੇ ਰਜਿਸਟਰ ਕਰਵਾਏ ਅਤੇ ਅਸੀਂ ਜ਼ਰੂਰ ਕਿਸੇ ਨਾ ਕਿਸੇ ਸੈਕਟਰ ਦੇ ਵਿੱਚ ਨੌਕਰੀ ਜੋ ਹੈ ਉਹ ਪ੍ਰੋਵਾਈਡ ਕਰਾਵਾਂਗੇ, ਪਲੇਸਮੈਂਟ ਪ੍ਰੋਵਾਈਡ ਕਰਾਵਾਂਗੇ। ਸੋ ਮੈਂ ਇਹੀ ਕਹਿਣਾ ਚਾਹੂੰਗੀ ਸਾਰਿਆਂ ਨੂੰ ਕਿ ਬਹੁਤ ਚੁਣੌਤੀਆਂ ਆਈਆਂ ਹੈ ਕੋਵਿਡ ਦੇ ਸਿਚੁਏਸ਼ਨ ਕਰਕੇ, ਜਿਸ 'ਚੋਂ ਸਭ ਤੋਂ ਵੱਡੀ ਸ਼ਾਇਦ ਇਹੀ ਹੈ ਕਿ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਲੇਕਿਨ ਅਸੀਂ ਇਹਦੇ ਲਈ ਇਸ ਪ੍ਰੋਬਲਮ ਲਈ, ਇਸ ਚੈਲੰਜ ਨੂੰ ਫੇਸ ਕਰਨ ਲਈ ਪੂਰੇ ਤਿਆਰ ਹਾਂ ਅਤੇ ਅਸੀਂ ਕਾਫੀ ਇੰਪਲੋਇਰਸ ਦੇ ਨਾਲ, ਇੰਡਸਟਰੀ ਦੇ ਨਾਲ ਡੇਲੀ ਤਾਲਮੇਲ ਕਰ ਰਹੇ ਹਾਂ ਤਾਂ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਮਿਲਣ ਅਤੇ ਅਸੀਂ ਇਸ ਜਿਹੜੀ ਪ੍ਰੋਬਲਮ ਨੂੰ ਦੂਰ ਕਰ ਸਕੀਏ। ਇੱਕ ਵਾਰੀ ਫਿਰ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਦੇ ਵਿੱਚ ਬਹੁਤ ਵਧੀਆ ਰੋਲ ਨਿਭਾ ਰਹੇ ਨੇ। ਨਾਲ ਹੀ ਅਪੀਲ ਕਰਦੀ ਹਾਂ ਕਿ ਆਪਣਾ ਆਪਣੇ ਪਰਿਵਾਰ ਦੀ ਸਿਹਤ ਦਾ, ਤੰਦਰੁਸਤੀ ਦਾ ਧਿਆਨ ਰੱਖਣ, ਮਾਸਕ ਜ਼ਰੂਰ ਪਾ ਕੇ ਰੱਖਣ, ਜੇ ਲੋੜ ਨਾ ਹੋਵੇ ਘਰੋਂ ਬਾਹਰ ਨਾ ਨਿਕਲਿਆ ਜਾਵੇ, ਅਤੇ ਬਾਰ ਬਾਰ ਆਪਣੇ ਹੱਥ ਸੈਨੇਟਾਈਜ਼ਰ ਜਾਂ ਸਾਬਣ ਨਾਲ ਜ਼ਰੂਰ ਸਾਫ਼ ਕੀਤੇ ਜਾਣ। ਧੰਨਵਾਦ। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648। ਸਿਆਸਤ, ਵਪਾਰ, ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਅਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮ।